ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਨੂੰ ਮੋਹਰ ਲਗਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚ 645 ਲੈਕਚਰਰ ਦੀ ਭਰਤੀ ਨੂੰ ਤੇ 16 ਸਰਕਾਰੀ ਕਾਲਜਾਂ 'ਚ ਪ੍ਰਿੰਸੀਪਲ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਦੀ ਉਮਰ ਸੀਮਾ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਪ੍ਰਿੰਸੀਪਲਾਂ ਦੀ ਉਮਰ ਸੀਮਾ 53 ਸਾਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕੈਬਨਿਟ ਦੀ ਮੀਟਿੰਗ ਵਿੱਚ ਗੰਨੇ ਦੀ ਫਸਲ ਦਾ ਨੋਟੀਫਿਕੇਸ਼ਨ ਵੀ ਅਪਰੂਵ ਹੋਇਆ ਹੈ। ਹੁਣ ਕਿਸਾਨਾਂ ਨੂੰ ਆਉਣ ਵਾਲੀ ਫਸਲ 'ਚ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇਗਾ, ਜੋ ਕਿ ਦੇਸ਼ 'ਚ ਪੰਜਾਬ ਸੂਬੇ ਵਿੱਚ ਸਭ ਤੋਂ ਵੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਪੰਜਾਬ ਸਰਕਾਰ ਨੇ ਗੰਨੇ 'ਚ ਕਿਸਾਨਾਂ ਦਾ ਕੋਈ ਪੈਸਾ ਨਹੀਂ ਰੱਖਿਆ। ਸੀਐਮ ਮਾਨ ਨੇ ਗਊਸ਼ਾਲਾਵਾਂ ਨੂੰ ਲੈ ਕੇ ਵੀ ਐਲਾਨ ਕੀਤਾ ਹੈ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ ਕੀਤੇ ਜਾਣਗੇ। ਸੀਐਮ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਧਰਨਾ ਨਾ ਦੇਣ ਦੀ ਵੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਗੱਲ ਗੱਲ 'ਤੇ ਧਰਨੇ ਦੇਣ ਦਾ ਰਿਵਾਜ ਬਣ ਗਿਆ ਹੈ, ਧਰਨਿਆਂ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ, ਇਸ ਲਈ ਅਜਿਹਾ ਨਾ ਕੀਤਾ ਜਾਵੇ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਕੈਬਨਿਟ ਨੇ ਪੁਰਾਣੀ ਪੈਨਸ਼ਨ ਸਕੀਮ ਸ਼ੁਰੂ ਕਰਨ ਦੇ ਫੈਸਲੇ ਉੱਪਰ ਮੋਹਰ ਲਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦੇਈਏ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਆਪ ਸਰਕਾਰ ਦੇ ਇਸ ਕਦਮ ਨੂੰ ਮੁਲਾਜ਼ਮਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਇਹ ਫੈਸਲਾ ਗੁਜਰਾਤ ਤੇ ਹਿਮਾਚਲ ਚੋਣਾਂ ਤੋਂ ਐਨ ਪਹਿਲਾਂ ਲਿਆ ਗਿਆ ਹੈ। ਉਂਝ ਪੰਜਾਬ ਸਰਕਾਰ ਸਾਹਮਣੇ ਹੁਣ ਫੰਡਾਂ ਦੀ ਵੱਡੀ ਚੁਣੌਤੀ ਹੋਵੇਗੀ। ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕਰਨ ਤੋਂ ਪਹਿਲਾਂ ਕਿਸੇ ਕਾਨੂੰਨੀ ਵਿਕਲਪ 'ਤੇ ਵਿਚਾਰ ਨਹੀਂ ਕੀਤਾ। ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੈਨਸ਼ਨ ਫੰਡ ਦੇ ਰੈਗੂਲੇਟਰੀ ਅਥਾਰਟੀ ਤੋਂ ਫੰਡਾਂ ਨੂੰ ਕਲੀਅਰ ਕਰਨਾ ਹੈ, ਕਿਉਂਕਿ ਇਸ ਵਿੱਚ 2033 ਤੱਕ ਲੋਕਿੰਗ ਪੀਰੀਅਡ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦੋਲਨ ਕਰਨ ਵਾਲੇ ਕਿਸਾਨਾਂ 'ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਗੱਲ ਗੱਲ 'ਤੇ ਧਰਨੇ ਲਾਉਣ ਦਾ ਰਿਵਾਜ ਹੋ ਗਿਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਧਰਨਿਆਂ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ, ਪਰ ਸੜਕਾਂ 'ਤੇ ਧਰਨੇ ਲਾਉਣ ਦੀ ਬਜਾਏ ਕਿਸਾਨਾਂ ਨੂੰ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਗਾਉਣੇ ਚਾਹੀਦੇ ਹਨ। ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਕੰਮਾਂ ਦਾ ਬਿਊਰਾ ਵੀ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮੁਸ਼ਕਿਲਾਂ ਸਮਝਦੀ ਹੈ ਅਤੇ ਲਗਾਤਾਰ ਕਿਸਾਨਾਂ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਦਿੱਤੀ ਗਈ ਹੈ। ਬੈਂਸ ਨੇ ਦੱਸਿਆ ਕਿ ਇਹ ਰਾਸ਼ੀ ਸੂਬੇ ਦੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਜਾਰੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਖਰਾਬ ਹੋ ਚੁੱਕੇ ਸਾਜੋ ਸਮਾਨ ਦੀ ਥਾਂ 'ਤੇ ਨਵੇਂ ਦੀ ਖਰੀਦ ਕੀਤੀ ਜਾਣੀ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 93% ਘਰੇਲੂ ਖਪਤਕਾਰਾਂ ਨੇ ਜ਼ੀਰੋ ਬਿੱਲ 'ਤੇ ਸਬਸਿਡੀ ਵਾਲੀਆਂ ਦਰਾਂ 'ਤੇ ਬਿਜਲੀ ਪ੍ਰਾਪਤ ਕੀਤੀ ਹੈ। ਪਾਰਟੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਗਰੰਟੀ ਪੂਰੀ ਕਰਨ ਦਾ ਰਿਕਾਰਡ ਬਣਾਇਆ ਹੈ। ਦੱਸ ਦੇ ਕਿ ਪੰਜਾਬ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਘਰੇਲੂ ਬਿਜਲੀ ਦੇ ਜ਼ੀਰੋ ਬਿੱਲਾਂ ਦਾ ਅੰਕੜਾ ਵਧਣ ਲੱਗਾ ਹੈ। ਸਰਦੀ ਵਿੱਚ ਏਸੀ ਵਗੈਰਾ ਬੰਦ ਹੋ ਗਏ ਹਨ, ਜਿਸ ਕਰਕੇ ਘਰੇਲੂ ਬਿਜਲੀ ਦੀ ਖਪਤ ਘਟੀ ਹੈ। ਇਸ ਲਈ ਪਹਿਲਾਂ ਨਾਲੋਂ ਵੱਧ ਲੋਕਾਂ ਦੇ ਬਿਜਲੀ ਬਿੱਲ 600 ਯੂਨਿਟਾਂ ਤੋਂ ਘੱਟ ਆਉਣ ਲੱਗੇ ਹਨ। ਪੰਜਾਬ ਸਰਕਾਰ ਵੱਲੋਂ 2 ਮਹੀਨਿਆਂ ਵਿੱਚ 600 ਯੂਨਿਟ ਤੋਂ ਘੱਟ ਬਿਜਲੀ ਬਿੱਲ ਵਾਲਿਆਂ ਤੋਂ ਕੋਈ ਵਸੂਲੀ ਨਹੀਂ ਕੀਤੀ ਜਾਂਦੀ। ਸਾਬਕਾ ਮਾਲ ਮੰਤਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਰਕਾਰ 1000 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਕੀਤੀਆਂ ਲਾਲ ਐਂਟਰੀਆਂ ਤੁਰੰਤ ਖਾਰਜ ਕਰੇ ਅਤੇ ਕਿਹਾ ਕਿ ਕਿਸਾਨ ਪਰਾਲੀ ਸਾੜਨ ਲਈ ਇਸ ਲਈ ਮਜ਼ਬੂਰ ਹੋਏ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪਰਾਲੀ ਦੀ ਸੰਭਾਲ ਤੇ ਹੁੰਦੇ ਖਰਚ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਵਿੱਚ ਫੇਲ ਹੋਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਸੰਕਟ ਵਿੱਚ ਕਿਸਾਨਾਂ ਦੇ ਨਾਲ ਹੈ ਅਤੇ ਪਾਰਟੀ ਕਿਸਾਨਾਂ ਦੇ ਪਰਾਲੀ ਸਾੜਨ ਲਈ ਲਗਾਏ ਜੁਰਮਾਨੇ ਵੀ ਕਿਸੇ ਕੀਮਤ 'ਤੇ ਨਹੀਂ ਵਸੂਲਣ ਦੇਵੇਗੀ ਅਤੇ ਜੇਕਰ ਜ਼ਮੀਨੀ ਰਿਕਾਰਡ ਵਿੱਚੋਂ ਲਾਲ ਐਂਟਰੀਆਂ ਖਤਮ ਨਾ ਕੀਤੀਆਂ ਗਈਆਂ ਤਾਂ ਇਸ ਵਿਰੁੱਧ ਨਿਰੰਤਰ ਮੁਹਿੰਮ ਚਲਾਈ ਜਾਵੇਗੀ। ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਅਤੇ ਅੱਜ ਇਹਨਾਂ ਸਭ ਦੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਾਡੇ MLA ਸਾਹਿਬ ਬਹੁਤ ਸ਼ਾਨਦਾਰ ਕੰਮ ਕਰ ਰਹੇ ਨੇ, ਇਹਦੀ ਸਾਰੀ ਟੀਮ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠਾਂ ਅਸੀਂ ਸਾਰੇ ਸਾਥੀ ਜਿੰਨੇ ਮੰਤਰੀ ਆ, ਜਿੰਨੇ MLA ਆ, ਬਾਕੀ ਵੀ ਸਾਰੇ ਪਾਰਟੀ ਦੇ ਸਾਥੀ ਮਿਲ ਕੇ ਪੰਜਾਬ ਦੇ ਭਵਿੱਖ ਲਈ, ਸੁਨਹਿਰੀ ਭਵਿੱਖ ਲਈ ਦਿਨ ਰਾਤ ਕਰ ਵੀ ਰਹੇ ਅਤੇ ਹੋਰ ਵੀ ਕਰਾ ਰਹੇ ਆ। ਵੀ ਇਹ ਜੀ ਰਿਕਾਰਡ ਰਿਕਵਰੀ ਜਿਹੜੇ ਆ ਜੇਲ੍ਹਾਂ ਦੇ ਵਿੱਚ ਹੋ ਰਹੀ ਆ, ਅੱਜ ਤੱਕ ਕਿਸੇ ਵੀ ਸਾਲ 'ਚ ਜਦੋਂ ਦੇ ਵੀ ਜੇਲ੍ਹਾਂ ਬਣੀਆਂ ਰਿਕਾਰਡ ਰਿਕਵਰੀ ਹੈ, ਹਾਈਐਸਟ ਰਿਕਵਰੀ। ਜੇਲ੍ਹਾਂ ਦੇ ਵਿੱਚ ਗੈਂਗਸਟਰ ਪੀਜ਼ੇ ਖਾਂਦੇ ਸੀ, ਸਰੇਆਮ ਫੋਨ ਕਰਦੇ ਸੀ, ਹੁਣ ਉਸ ਦੇ ਉੱਤੇ ਨਕੇਲ ਕੱਸਣ ਦੇ ਉੱਤੇ ਤੁਸੀਂ ਰਿਕਾਰਡ ਹੈ। ਸਖ਼ਤ ਹਦਾਇਤ ਹੈ ਕਿ ਹਾਂ, ਜੇਲ੍ਹ 'ਚ ਮੋਬਾਈਲ ਪੁੱਜ ਤਾਂ ਸਕਦਾ, ਕਿਸੇ ਰਾਹੀਂ ਵੀ ਹੋ ਸਕਦਾ, ਸਾਡਾ ਕੋਈ ਮੁਲਾਜ਼ਮ ਜਾਂ ਜਦੋਂ
कैदी मुलाकाती ते जांदे ने या बाहरों थ्रू आंदे ने आ तां सकदा पर उत्थे चल नहीं सकदा दिन च दो दो वारी चैकिंग आ तीन तीन वारी चैकिंग आ तां ही फड़े जांदे ते जिद्दां तों फड़दे उत्ते सख्त कार्रवाई भी करदे आ रिकॉर्ड अफसर सस्पेंड कीते आ जी रिकॉर्ड DSP, ASP, सुपरिटेंडेंट वार्डर सीनियर वार्डर मेडिकल अफसर जिहड़ा जिहड़ा आया क्योंकि कह रही तो जिन्हों मैं अपनी भाषा की मर्यादा के लह के गल कहूँगा कि हालात ही बहुत बुरे से इन्ने बुरे हालातों के नाल उलझते हुए उस महकमे की सफाई कर रहे हैं तो वह दिन भी आऊगा आने वाले दिन दसांगे पंजाब दीआं दो जेलों के नवी टैक्नोलॉजी लैके आए जैमरा दीआं जो टैक्नोलॉजी कामयाब होंगी है 26 जेलों च लॉन्च करांगे जिहड़ी जिहड़ी दुनिया से बेस्ट टैक्नोलॉजी मिलती है जैमर की वह असीं पंजाब च लागू करांगे तो माण वाली गल यह होगी हिंदुस्तान की पहली जेल पंजाब च बनन गई जिथे आ फैसिलिटी होगी इस वक्त देश की किसी जेल च फैसिलिटी नहीं किसी भी बहुत जल्दी समझ सकते हैं जी बहुत सारी साड़ी चल रही है फतेहगढ़ साहब मोहाली नवांशहर जलंधर इन्ह चारों जिलों के कितने एक बहुत हाई सिक्योरिटी जेल वन ऑफ इट्स टाइप जिथे बठिंडे तो भी वो ज़्यादा हाई सिक्योरिटी का प्लान आ कैबिनेट की पंजाब की मीटिंग हो रही है जिदे विच कुछ अहम फैसले ले गए मैं उन्हां बारे तुहानूं जानकारी देनी चाहुंदा अज दी कैबिनेट दे विच गन्ने दा नोटिफिकेशन जिहड़ा गन्ने दी फसल दा वो अप्रूव होया जिस तरह से मैं पहला कहा सीगा 305 रुपये सरकार दे रही है सेंटर दी पर क्विंटल ते 50 रुपये पंजाब गवर्नमेंट पा रही है उस ते 25 रुपये शुगर मिल्स पा रही है 380 रुपये पर क्विंटल का भाव जिहड़ा वो आने वाली फसल का किसानों नूं मिलेगा जो कि देश दे विच सब तो ज़्यादा भाव है। दूजा जिहड़ा अहम फैसला होया 645 जिहड़े लैक्चरर ने कॉलेजां दे विच उन्हां दी जिहड़ियां खाली आसामियां ते उन्हां दी भर्ती जिहड़ी है वह कीती जाऊगी 645 लैक्चरर असिस्टेंट प्रोफेसर भी कह दिंदे लैक्चरर जिहड़े ने उन्हां रखिया जाऊगा जो एलिजिबल ने ते 16 सरकारी कॉलेजां दे विच प्रिंसीपल जिहड़े ने उन्हां दी आसामियां भरनियां ने जिन्हां दी एज लिमिट पहलां 45 साल सी पर कैबिनेट ने फैसला किया कि वो एज लिमिट बता के 53 साल कर दी जाए। इस तो अलावा जिन्हां भी रजिस्टर्ड गऊशाला ने पंजाब 31 अक्टूबर तक दे उन्हां दे सारे पुराने बिजली दे बिल जिहड़े ने माफ़ कीते हैं। ओल्ड पेंशन स्कीम का भी अज्ज जिहड़ा कैबिनेट दे विच अप्रूव हो गया तो उहदी डिटेल सारियां आ जाणगियां और ओल्ड पेंशन स्कीम दे विच बहुत मुलाजमान फायदा होगा नोटिफिकेशन जिहड़ा जारी हो चुका है। ਵੱਡਾ ਮੰਤਵ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਸੁਰੱਖਿਅਤ ਕਰਨਾ ਹੈ ਤੇ ਸਟਰੋਂਗ ਕਰਨਾ ਹੈ ਤਾਂ ਉਹਦੇ ਉਹਨਾਂ ਨੀਤੀਆਂ ਤੇ ਚੱਲਦੇ ਹੋਏ ਭਗਵੰਤ ਮਾਨ ਸਰਦਾਰ ਭਗਵੰਤ ਸਿੰਘ ਮਾਨ ਜਿਹੜੀਆਂ ਨੀਤੀਆਂ ਨੇ ਔਰਤਾਂ ਨੂੰ ਸੁਰੱਖਿਅਤ ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਉਹਦੇ ਲਈ ਅਸੀਂ ਵਨ ਸਟਾਪ ਸਖੀ ਸੈਂਟਰ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨ ਜਾ ਰਹੇ ਹਾਂ ਤਾਂ ਉਸ ਦੀ ਲੜੀ ਦੇ ਅਧੀਨ ਹੀ ਅਸੀਂ ਅੱਜ ਹੁਸ਼ਿਆਰ ਵਨ ਸਟਾਪ ਸਖੀ ਸੈਂਟਰ ਦਾ ਉਦਘਾਟਨ ਕਰਾਂਗੇ। ਪੰਜਾਬ ਸਰਕਾਰ 'ਚ ਕਿਸਾਨ ਜਿਹੜੇ ਇਸ ਵੇਲੇ ਵੀ ਧਰਨੇ 'ਚ ਬੈਠੇ ਪਏ ਆ ਰੋਡ ਜਾਮ ਕੀਤੇ ਪਏ ਆ ਤੁਹਾਡੀ ਸਰਕਾਰ ਇਸ ਵੇਲੇ ਆ ਅਤੇ ਤੁਸੀਂ ਹਮਾਇਤੀ ਵੀ ਹੋ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਦੀ ਕੀ ਕਹੋਗੇ ਤੁਸੀਂ? ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਆਈ ਹੈ ਅਤੇ ਲੋਕਾਂ ਵਿੱਚੋਂ ਹੀ ਨਿਕਲੀ ਹੋਈ ਸਰਕਾਰ ਹੈ ਅਤੇ ਮੈਂ ਹਰ ਵਾਰੀ ਇਹੀ ਗੱਲ ਕਰਦੀ ਹੁੰਦੀ ਹਾਂ ਕਿ ਕੋਈ ਵੀ ਜਦੋਂ ਅਸੀਂ ਮਸਲੇ ਦਾ ਹੱਲ ਕਰਨਾ ਹੁੰਦਾ ਤਾਂ ਉਹ ਧਰਨੇ ਨਾਲ ਨਹੀਂ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਜਿੱਥੇ ਵੀ ਸਾਨੂੰ ਲੱਗਦਾ ਅਸੀਂ ਪਰਾਲੀ ਦਾ ਹੱਲ ਕਰਨ ਲਈ ਮਾਨ ਸਾਹਿਬ ਵੀ ਆਪਣੇ ਵੱਲੋਂ ਪੁਖਤਾ ਕਦਮ ਚੁੱਕ ਰਹੇ ਨੇ ਅਤੇ ਟਾਈਮ ਜ਼ਰੂਰ ਲੱਗੇਗਾ ਪਰ ਅਸੀਂ ਇਹਨੂੰ ਜਲਦੀ ਹੱਲ ਕਰ। ਬੇਟਾ ਰੈੱਡ ਐਂਟਰੀ ਵੀ ਜਿਹੜੀ ਹੈ ਕਿਸਾਨਾਂ ਉੱਤੇ 4000 ਕੋਲ ਇਹ ਕਿਸਾਨਾਂ ਉੱਤੇ ਜਿਹੜੀ ਰੈੱਡ ਐਂਟਰੀ ਕੀਤੀ ਹੈ
कोई पंजाब दी कानून व्यवस्था दे विच देखो घटनावां हुंदियां कोई शक वाली गल नहीं पहला भी हुंदियां रहियां लेकिन इन्हां घटनावां नूं पिछे कौन खड़ा इन्हां घटनावां नूं कौन हाईलाइट कर रहा और क्या ये प्लैंड घटनावां आ मैं तो यह कह सकना भी ये आम आदमी पार्टी का जिहड़ा इमानदार शासन है अज जिन्नियां भी बेईमान शक्तियां वह घबरा गई उन्होंने नहीं सोचा भी इदां दी इमानदार सरकार आऊगी वह कट्ठियां होकर इस कानून व्यवस्था के खिलाफ काम करने की कोशिश कर रही पंजाब के लोगों के दिते मत के खिलाफ कोशिश कर रही और डेफिनेटली है आम आदमी पार्टी के मानजोग साडे मुख्यमंत्री भगवंत मान जी बड़े फर्म हैंड के नाल जिन्हों कहते हैं तगड़े हाथों के नाल उन्हों का मुकाबला भी कर रहे हैं और उन्होंने नक् पाने की कोशिश भी कर रहे हैं और दूजी गल है जिहड़ा उन्होंने लाइसेंस के उत्ते कहा भी लाइसेंस ही रिवाल्वर भी जो चैक किए जाएंगे ये सारिया चीज़ा प्रमाण है आदमी आम आदमी पार्टी जी है हरेक चीज़ नजदीकता देख जी पंजाब दे विच जिहड़े बहुत सारे सिख संगठन ने उन्हां दे विच जिहड़ा हैगा बहुत सारिया साल्टां जां होर चीज़ां दा प्रयोग किया जा रहा उन्हां दे लाइसेंस कित्थों ने उन्हां ते भी जांच होएगी सरकार जिहड़ी है डेफिनेटली जिहड़ा हैगा बिल्कुल देखिए अमन कानून व्यवस्था नूं ठीक रखण दे लई सरकार हरेक हरेक जथेबंदी चैक करी नहीं जी नहीं आम ये अकाली बीजेपी हुण कितों याद आ गई है ये इलेक्शनां तों पहलां क्यों नहीं याद आई इन्हां नूं अज इन्हां ने अपना हशर देख के जो इन्हां दे हालात हो गए है इन्हां नूं कोई नहीं पुछ रहा उस करके हुण कट्ठे हो के क्योंकि एक इमानदार सरकार तो इन्हां दे फंदे तों बचण लई क्योंकि कानून दा फंदा जिहड़ा है इन्हां दे बेईमानां दे उत्ते पै रहा इस तो बचने लिए कट्ठे होने की कोशिश करूंगे देखो जो टाइम आऊगा उदो देखांगे ये कट्ठे पहला भी कल होंगे सी ये सिर्फ पंजाब की जनता नूं लुटण लिए कट्ठे होंदे आए हैं पहला भी लुटते रहे हैं उन्होंने फिर याद आ गया यही कहते भी कट्ठे होकर लुटते कट्ठे होने लगे जी नीले कार्ड जी वेरीफिकेशन है पंजाब के अंदर एक बदकिस्मती कह सकते हैं भी अपने सियासी लाभों के खातर जो जो चोणा नेड़े आउंदियां सीगियां तो अणअधिकारित कार्ड जिहड़े आ पंजाब च नीले कार्ड जिहनूं आपां कहिंदे आ उह मतलब बणदे रहे आ और उहदी वेरीफिकेशन का काम असी क्योंकि वैसे तो एक महीना पहलों रन किया सीगा पर क्योंकि पैडी की प्रिकोरमेंट का सीजन होने करके साडा थोड़ा जिहा असी उहनूं होल्ड किया जी पर अज तो अज असी सारे अपने अधिकारी सेवानां दी मीटिंग करके तीनों 30 नवंबर तक मुकम्मल करन दा निश्चा कीता।